ਵੀਡੀਓ ਬਹੁਤ ਸਪੈਸ਼ਲ ਹੋਣ ਵਾਲੀ ਜੇ ਕਿਸ ਕਰਕੇ ਆਂਟੀ ਨੂੰ ਪਰਾਂਠਿਆਂ ਵਾਲੀ ਆਂਟੀ ਸੱਦਣ ਲੱਗ ਗਏ ਹੋ ਨਾ, ਅਤੇ ਫਿਰ ਆਂਟੀ ਨੂੰ ਬਹੁਤ ਪਰਾਂਠੇ ਆਉਂਦੇ ਨੇ, ਆਂਟੀ ਨੂੰ ਆਉਂਦੇ ਨੇ ਥੋੜ੍ਹੇ ਥੋੜ੍ਹੇ ਜੇਕਰ ਕਹਾਂ ਤਾਂ 100-200 ਤਾਂ ਮੈਨੂੰ ਆਉਂਦਾ ਹੀ ਹੈ, 100-200 ਹੋਰ ਕ੍ਰੀਏਟ ਕਰ ਸਕਦੇ ਹਾਂ। 400 ਪਰਾਂਠਿਆਂ ਵਾਲੀ ਆਂਟੀ ਰੈਸਟੋਰੈਂਟ ਖੋਲ੍ਹੇਗੀ ਉੱਤੇ ਲਿਖੇਗੀ 400 ਤਰ੍ਹਾਂ ਕੇ ਪਰਾਂਠੇ ਪਾਏ ਜਾਂਦੇ ਹੈ ਯਹਾਂ ਪਰ। ਲੇਕਿਨ ਅੱਜ ਦੀ ਜਿਹੜੀ ਵੀਡੀਓ ਹੈ ਉਹਦੇ ਵਿੱਚ ਵਿਸ਼ੇਸ਼ ਇਹ ਵੇ ਕਿ ਮੈਂ ਇੱਕ ਆਟਾ ਗੁੰਨਣਾ ਵੇ ਜਿਹੜਾ ਤੁਹਾਨੂੰ ਸਿਖਾਉਣਾ ਵੇ। ਇਹ ਮੇਰੇ ਕੋਲ ਹੈਗੇ ਨੇ ਆਲੂ, ਛੋਟੇ ਛੋਟੇ ਨੇ ਵਿਚਾਰੇ, ਅਤੇ ਇਹਨਾਂ ਨੂੰ ਕੱਦੂਕਸ ਕਰ ਜੀ। ਆਲੂ ਅਸੀਂ ਕੱਦੂਕਸ ਕਰ ਲਏ ਨੇ, ਧਨੀਆ 50 ਰੁਪਏ ਵਾਲਾ ਜਿਹੜਾ ਹੈ ਉਹ ਪਾ ਦਿੱਤਾ, ਅਤੇ ਪਿਆਜ਼ ਵੀ ਕੱਟ ਕੇ ਪਾ। ਧਨੀਏ ਦਾ ਕੀ ਕਰੀਏ, ਬੜਾ ਦੁੱਖ ਚੜਿਆ। ਅਤੇ ਇਹ ਜੇ ਤੁਹਾਨੂੰ ਕੀ ਦੱਸੀਏ, ਅਦਰਕ ਅਤੇ ਮਿਰਚਾਂ ਕੁੱਟੀਆਂ ਹੋਈਆਂ, ਇਹ ਇਹਦੇ ਵਿੱਚ ਬਹੁਤ ਸਵਾਦ ਲੱਗਦੀਆਂ ਨੇ, ਠੀਕ ਹੈ। ਅੱਛਾ ਕੀ ਹੋਇਆ ਵੀ ਬ੍ਰੈਡ ਵਾਲਿਆਂ ਨੇ ਬਣਾਈ ਆਟਾ ਲੈ ਕੇ ਬ੍ਰੈਡ, ਅਤੇ ਮੈਂ ਬ੍ਰੈਡ ਦਾ ਬਣਾ ਦਿੱਤਾ ਆਟਾ, ਠੀਕ ਹੈ। ਇਹਨੂੰ ਨਿਚੋੜ ਕੇ ਅਤੇ ਇਹਦੇ ਵਿੱਚ ਪਾ ਕੇ ਅਸੀਂ ਇਹਦਾ ਆਟਾ ਬਣਾ ਲਿਆਂਗੇ। ਨਾ ਬ੍ਰੈਡ ਮੈਂ ਨਾ ਪਾਣੀ ਦੇ ਵਿੱਚ ਭਿਗੋ ਦਿੱਤੀ ਸੀਗੀ, ਪਤਾ ਕੀ ਹੋਇਆ, ਅੱਜ ਮੇਰੇ ਨਾਲ ਬੜੀ ਬੁਰੀ ਹੋਈ ਜੇ ਮੈਂ ਤੁਹਾਨੂੰ ਪਹਿਲੀ ਗੱਲ ਦੱਸੀ ਨਹੀਂ, ਹੱਥ ਧੋ ਕੇ ਦੱਸਦੀ ਹਾਂ। ਗੱਲ ਇਹ ਸੀ ਵੀ ਮੈਨੂੰ ਸੰਧਿਆ ਨੇ 2 ਦਿਨ ਪਹਿਲਾਂ ਦੱਸਿਆ ਸੀ ਵੀ ਆਂਟੀ ਆਟਾ ਖਤਮ ਜੇ, ਅਤੇ ਇਹ 2 ਦਿਨ ਛੁੱਟੀ 'ਤੇ ਸੀ, ਅਤੇ ਮੈਂ ਵੇਖਿਆ ਕੋਈ ਨਹੀਂ ਆਟਾ ਗੁੰਨਿਆ ਹੋਇਆ ਸੀ ਜਿਹੜਾ, ਉਹਦੇ 'ਚ ਇੱਕ ਅੱਧਾ ਫੁਲਕਾ ਬਣਾ ਲਿਆ, ਬਾਕੀ ਇੱਕ ਮੰਤਰੂ ਅਸੀਂ ਖਾਏ, ਅਤੇ ਹੁਣ ਪਤਾ ਲੱਗਾ ਵੀ ਆਟੇ ਦੀ ਤਾਂ ਚੂੰਡੀ ਵੀ ਨਹੀਂ ਹੈਗੀ, ਬੜੀ ਸ਼ਰਮ ਆਈ। ਪਰ ਮੈਨੂੰ ਕੋਈ ਗੱਲ ਨਹੀਂ, ਜੇ ਨਾ ਹੋਵੇ ਆਟਾ ਅਤੇ ਬ੍ਰੈਡ ਦੇ 4 ਪੀਸ ਜਿਹੜੇ ਸੀਗੇ ਉਹ ਮੈਂ ਪਾ ਲਏ ਨੇ, ਅਤੇ ਬ੍ਰੈਡ ਪਹਿਲਾਂ ਆਟੇ ਦੀ ਬ੍ਰੈਡ ਬਣੀ, ਬ੍ਰੈਡ ਦਾ ਆਟਾ ਬਣਾ ਲਿਆ, ਅਤੇ 2 ਚਮਚ ਮੈਂ ਇਹਦੇ ਵਿੱਚ ਬੇਸਣ ਪਾਵਾਂਗੀ, ਠੀਕ ਹੈ। ਮੈਂ ਪਹਿਲਾਂ ਚਾਹ ਰਹੀ ਸੀ ਵੀ ਪੋਹਾ ਜਿਹੜਾ ਹੈ ਨਾ ਉਹ ਭੇਜ ਕੇ ਅਤੇ ਉਹਦਾ ਆਟਾ ਗੁੰਨਾ, ਪਰ ਮੈਨੂੰ ਮਿਲ ਗਿਆ ਚਾਵਲ ਦਾ ਆਟਾ, ਅਤੇ ਮੈਂ 2 ਚਮਚ ਚਾਵਲ ਦਾ ਆਟਾ ਪਾ ਲਿਆ ਜੇ, ਅਤੇ ਫਿਰ ਕ੍ਰਿਸਪੀ ਕਰਨ ਵਾਸਤੇ ਨਾ ਇਹਦੇ ਵਿੱਚ ਹੀ 2 ਚਮਚ ਸੂਜੀ ਪਾ ਦਿੱਤੀ। ਇਹ ਜਿਹੜੀ ਸੂਜੀ ਮੈਂ ਇਸ ਕਰਕੇ ਨਹੀਂ ਪਾਈ, ਇਸ ਕਰਕੇ ਪਾਈ ਹੈ ਵੀ ਪਾਣੀ ਪੂਣੀ ਜਿਹੜੀ ਹੈ ਉਹ ਸੋਖ ਲਏਗੀ। ਅਤੇ ਇਹਦੇ ਵਿੱਚ ਹੁਣ ਅਸੀਂ ਪਾਉਂਦੇ ਹਾਂ ਚੀਜ਼ਾਂ, ਮੇਰੀ ਮਾਂ ਦਾ ਪਸੰਦ, ਜਰਾ ਕੁ ਮਿੱਸਾ ਆਟਾ ਗੁੰਨਿਆ ਨਹੀਂ, ਮਾਂ ਕਹਿੰਦੀ ਸੀ ਅਨਾਰਦਾਨਾ ਪਾਉਣਾ ਨਾ ਭੁੱਲੀ ਤ੍ਰਿਪਤਾ, ਪਤਾ ਨਹੀਂ ਕਿੰਨਾ ਕੁ ਅਨਾਰਦਾਨਾ ਨਾਲ ਪਿਆਰ ਸਾਨੇ। ਅਤੇ ਇਹ ਹਰੀਆਂ ਮਿਰਚਾਂ ਤਾਂ ਉੱਧਰ ਕੁੱਟ ਕੇ ਪਾਈ ਸੀ, ਅਤੇ ਇਹ ਧਨੀਆ ਜਿਹੜਾ ਜੇ ਨਾ ਇਹਨੂੰ ਇੰਝ ਕਰਕੇ ਮਰੋੜ ਕੇ ਪਾਉਣਾ ਮੈਂ, ਹੋਰ ਤਾਂ ਨਹੀਂ ਕੋਈ ਚੀਜ਼ ਮਰੋੜਾਂ ਨਾਲ ਹੀ ਹੁਣੇ ਹੀ ਮਰੋੜ ਲਵਾਂ, ਨਹੀਂ ਨਹੀਂ ਹੋਰ ਤਾਂ ਹੈ ਨਹੀਂ ਗੀ। ਚਲੋ ਨਮਕ ਅਤੇ ਮਿਰਚ ਦੀ ਵਾਰੀ ਆ ਗਈ। ਨਮਕ ਮਿਰਚ ਜਿਹੜਾ ਹੈ, ਇੱਕ ਤਾਂ ਚਮਚੇ ਬੜੇ ਲਪੇਟਦੀ ਹਾਂ ਮੈਂ, ਕਦੀ ਆਹ ਲੈ ਕਦੀ ਉਹ ਲੈ, ਲੋ ਫਿਰ ਨਮਕ ਪਾਉਂਦੇ ਹਾਂ, ਕਰਾਰੀ ਜੀ ਬਣਾਵਾਂਗੀ, ਚਮਚਾ ਜਿਹੜਾ ਪੂਰਾ ਭਰ ਕੇ ਥੋੜ੍ਹਾ ਜਿਹਾ ਹੋਰ ਪਾਵਾਂਗੀ। ਪਾ ਦਿੱਤਾ ਜੇ ਅਤੇ ਜੀਰਾ ਕੁੱਟਿਆ ਹੋਇਆ ਪਾ ਦਿੱਤਾ ਜੇ, ਅਤੇ ਜਰਾ ਕੁ ਅਮਚੂਰ ਪਾ ਦਿੱਤਾ ਜੇ, ਅਮਚੂਰ ਦਾ ਕੰਮ ਤਾਂ ਕੋਈ ਨਹੀਂ ਸੀ ਫਿਰ ਪਾ ਦਿੱਤਾ। ਚਲੋ ਇਹਨੂੰ ਹੁਣ ਨਾ ਆਪਾਂ ਹੱਥਾਂ ਨਾਲ ਮਲ ਲੈ, ਪਹਿਲਾਂ ਨਾ ਸ਼ੈਲਫ ਨੂੰ ਚੰਗੀ ਜੀ ਗਿੱਲਾ ਮਾਰ ਬੈਠੀਆਂ, ਸੁੱਕਾ ਮਾਰ ਦਿੱਤਾ ਵੇ, ਅਤੇ ਇੰਨਾ ਸੁੱਕਾ ਮਾਰੋ ਕਿ 1 ਮਿੰਟ ਵਿੱਚ ਹੀ ਸੁੱਕ ਜਾਵੇ, ਤਾਂ ਕਿ ਰੋਟੀ ਜਿਹੜੀ ਆ ਉਹ ਗਿੱਲੀ ਨਾ ਹੋਵੇ। ਚਲੋ ਜੀ ਹੱਥ ਧੋ ਕੇ ਆਉਂਦੀ ਹਾਂ, ਸਾਫ਼ ਕਰਨੀ ਆ, ਅਤੇ 4-5 ਵਾਰੀ ਹੱਥ ਆਦਤ ਹੈ। ਅਤੇ ਲਓ ਜੀ ਬਣਾਉਣੀ ਹੈ ਅਸੀਂ ਰੋਟੀ ਐਸੀ ਬਈ ਆਟੇ ਤੋਂ ਬਿਨਾਂ ਵਾਲੀ। ਅਸੀਂ ਪੇੜਾ ਬਣਾ ਲਿਆ ਜੀ, ਥੋੜ੍ਹਾ ਜਿਹਾ ਔਖਾ ਤਾਂ ਹੁੰਦਾ ਵੀ ਇਹਨੂੰ ਜਿਹੜਾ ਹੈ ਨਾ ਜਦੋਂ ਆਪਾਂ ਵੇਲਣਾ ਮਾਰਾਂਗੇ ਤਾਂ ਬਾਹਰੋਂ ਫਟੇਗੀ, ਤਾਂ ਆਪਾਂ ਕੋਈ ਲਾਭ ਹੈਗਾ, ਅਸੀਂ ਥੱਪ ਥੱਪ ਕੇ ਇਹਨੂੰ ਬਣਾ ਲੈਂਦੇ ਹਾਂ, ਥੱਪ ਥੱਪ ਕੇ ਅਸੀਂ ਬਣਾ ਲਵਾਂਗੇ। ਬਣਾ ਤਾਂ ਲੈਣੀ ਹੈ ਮੈਂ,
ਫਿਰ ਚੱਕਣ ਲੱਗੇ ਹਾਂ ਟੁੱਟ ਜਾਣੀ ਹੈ ਤਾਂ ਫਿਰ ਮੈਂ ਦੁਬਾਰਾ ਬਣਾ ਲਵਾਂਗੀ। ਇਹੀ ਆਂਟੀ ਦੇ ਇਹੋ ਜਿਹੇ ਕੰਮ ਨੇ। ਚਲੋ ਚਾਹ ਜੇ ਮਾਂਜਿਆ ਹੋਵੇ ਨਾ ਤਾਂ ਜਰਾ ਕੋ ਇਹਨੂੰ ਕਰੀਮ ਜੀ ਲਾ ਹੀ ਲਵੋ, ਮੂੰਹ ਵੀ ਜਦੋਂ ਧੋਂਦੇ ਹੋ ਤਾਂ ਲਾਉਂਦੇ ਹੋ ਨਾ, ਅਤੇ ਇਹਦੇ ਵਿੱਚ ਕੀ ਹੈ ਬਾਈ, ਲਾ ਨਹੀਂ ਸਕਦੇ। ਅਤੇ ਇਹ ਲਓ ਜੀ, ਅਸੀਂ ਹੁਣ ਪਾਵਾਂਗੇ। ਲਓ ਜੀ, ਇਹਨੂੰ ਅਸੀਂ ਥੱਪ ਥੱਪ ਕੇ ਬਣਾਇਆ ਅਤੇ ਇਹਨੂੰ ਇਹਦੇ ਉੱਤੇ ਪਾ ਦਿੱਤਾ। ਦੋਨੋਂ ਤਰਫ ਤੋਂ ਚੰਗੀ ਤਰ੍ਹਾਂ ਲਵੋ ਪਕਾ, ਅਤੇ ਫਿਰ ਆਖੋ ਆਂਟੀ ਕੀ ਜੈ। ਜੈ ਆਂਟੀ ਜੀ। ਆਂਟੀ ਬਣਾ ਦਿੱਤੀ ਤੁਸੀਂ ਬਿਨਾਂ ਆਟੇ ਦੀ ਜੀ? ਹੋ ਗਈ ਜੀ ਤਿਆਰ ਬਿਨਾਂ ਆਟੇ ਦੇ ਪਰਾਂਠੀ ਜੀ, ਬਿਨਾਂ ਆਟੇ ਵਾਲੀ। ਇਹਨੂੰ ਕਹਿੰਦੇ ਨੇ ਚੱਕ ਦੇ, ਚੱਕ ਦੇ, ਚੱਕਾ ਜਾਵੇ। ਵਧੀਆ ਜਾਂਦੀ ਜੇ ਮਜ਼ਾ ਆ ਜਾਂਦਾ। ਅਤੇ ਮੈਨੂੰ ਤਾਂ ਲੱਗਦਾ ਕਿ ਚਾਰ ਦੀ ਲੋੜ ਨਹੀਂ ਪੈਣੀ, ਪਰੌਂਠੀ ਇੰਨੀ ਮੈਂ ਤਰਾਈ ਬਣਾਈ। ਗੱਲ ਹੈ ਮੇਰੇ ਚਾਰ ਨੂੰ ਪਾਏ ਨੇ ਨਾ ਓਏ, ਬ੍ਰੈਡ ਦਾ ਸਵਾਦ ਵੀ ਆ ਰਿਹਾ, ਵਿੱਚ ਚਾਵਲ ਦਾ ਆਟਾ ਪਾਇਆ, ਬੇਸਣ ਪਾਇਆ, ਸੋ ਚੀਜ਼ਾਂ ਪਾਈਆਂ ਨੇ। ਰੋਟੀ ਬਣਾਈ ਮੱਖਣ ਕਿੱਥੇ, ਮੱਖਣ ਤੋਂ ਬਿਨਾਂ ਰੋਟੀ ਖਾਣ ਦਾ ਕੋਈ। ਜੇ ਮੈਂ ਚਾਹੁੰਦੀ ਸਵੇਰ ਦਾ ਰੋਲਾ ਪਾ ਸਕਦੀ, ਆਏ ਆਟਾ ਨਹੀਂ ਤੁਸੀਂ ਫੋਨ ਕਰ ਨਹੀਂ ਹਟੇ ਪੂਰਾ ਵੀ ਨਹੀਂ ਕਰ ਸਕਦੀ ਹੈ।
ਇੱਕ ਰੋਟੀ ਨੂੰ ਟਾਈਮ ਲਗਾ ਦਿੱਤਾ, ਅਗਲੀ ਵਾਰ ਮੈਨੂੰ ਕਹੀ ਇੱਕ ਗ੍ਰਾਈਂਡ ਨੂੰ 32 ਵਾਰੀ ਬੱਕੀ ਲਾ। ਸੋ ਸੁਣ ਅਸੀਂ ਲੈਂਦੇ ਹਾਂ ਅਮਲ ਘੱਟ ਕਰਦੇ, ਮੈਂ ਪਾ ਰਹੀ ਸੀ ਤੇ ਮੈਂ ਥੋੜ੍ਹੀ ਲੈਣੀ ਹੈ, ਤੁਸੀਂ ਤੇਲ ਖਾਣੀ ਹੈ, ਮੈਂ ਤੇਰੀ ਤੇਲ ਨਹੀਂ ਨਾ ਪਾਈ। ਪਰ ਰੋਟੀਆਂ ਪਰ ਫਿਰ ਤੂੰ ਵੀ ਲੈ ਇੱਕ ਖਾਏਗਾ? ਹਾਂ ਫਿਰ ਮੈਨੂੰ ਖਾ ਕੇ ਦੱਸੀ ਇਹਦੇ ਨਾਲ ਦੀ ਰੋਟੀ ਕਦੀ ਖਾਈ? ਦਹੀਂ ਤਾਂ ਪੁੱਜਾ ਭਰਿਆ ਹੋਇਆ, ਗੱਲ ਕਰੋ ਕਿੰਨੀ ਚਾਹੀਦੀ। ਹਾਂ ਮੈਂ ਘੱਟ ਚੁਣਾਉਂਦੀ ਨਹੀਂ, ਮੈਂ ਤਾਂ ਵੱਡੇ ਵੱਡੇ ਦੋ ਪੁੱਜੇ ਬਣਾਉਂਦੀ ਅਤੇ ਅੱਜ ਕੰਚ ਦੇ ਇਹ ਜਿਹੜਾ ਖਾਸ ਕਰਕੇ ਚੀਨੀ ਦੇ ਬਰਤਨ ਨੇ ਇਹਨਾਂ ਵਿੱਚ ਤਾਂ ਕਮਾਲ ਉੱਥੇ ਜਾ ਰਿਹਾ ਵੇ, ਰਾਸ਼ਟਰਪਤੀ ਆ ਰਿਹਾ ਵੇ, ਦੁਨੀਆ ਕੋਈ ਫਰਕ ਨਹੀਂ ਚਲਦੀ ਰਹਿੰਦੀ। ਥੈਂਕ ਯੂ।